ਲੁਧਿਆਣਾ ਪੁਲਿਸ ਨੇ ਇੱਕ 3 ਮੈਂਬਰੀ ਚੋਰ ਗਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਸਪਲਾਈ ਹੋਣ ਲਈ ਜਾ ਰਹੇ ਮਾਲ ਦੀਆਂ ਥੈਲੀਆਂ ਖੋਲ ਕੇ ਉਹਨਾਂ ਵਿੱਚੋਂ ਸਮਾਨ ਚੋਰੀ ਕਰਦੇ ਸਨ। ਦੋਸ਼ੀਆਂ ਨੂੰ ਲੋਕਲ ਬੱਸ ਅੱਡੇ ਕੋਲੋਂ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਇਹਨਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਹ ਆਪਣੇ ACP ਸੈਂਟਰ ਸਰਦਾਰ ਵਰਿਆਮ ਸਿੰਘ ਤੇ SHO ਕੋਤਵਾਲੀ ਅਮਨਜੀਤ ਸਿੰਘ ਸਿੱਧੂ ਸਾਹਿਬ ਨੇ ਇਹਨਾਂ ਨੇ ਰਲ ਕੇ ਜਿਹੜੇ ਪਿਛਲੇ ਹਫ਼ਤੇ ਤੋਂ ਚੋਰੀਆਂ ਹੋ ਰਹੀਆਂ ਸੀਗੀਆਂ ਐਕਟਿਵਾ ਦੀਆਂ, ਉਹ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਚੋਰਾਂ ਨੂੰ ਅਰੈਸਟ ਕੀਤਾ। ਉਹਨਾਂ ਤੋਂ 7 ਐਕਟਿਵਾ ਔਰ 4 ਮੋਟਰਸਾਈਕਲ ਅਤੇ ਹੋਰ ਚੋਰੀ ਕੀਤਾ ਸਮਾਨ ਰਿਕਵਰ ਕੀਤਾ। ਇਹ ਜਿਹੜੇ 3 ਚੋਰ ਸੀਗੇ ਇਹ ਜਲੰਧਰ ਸਿਟੀ ਦੇ ਨੇ, ਜਲੰਧਰ ਤੋਂ ਆ ਕੇ ਇੱਥੇ ਚੋਰੀ ਕਰਕੇ ਇੱਥੇ ਕਿਤੇ ਅਬੰਡਨ ਜਗ੍ਹਾ 'ਤੇ ਲੁਕੋ ਕੇ ਰੱਖ ਦਿੰਦੇ ਹੁੰਦੇ ਸੀ ਵਹੀਕਲ, ਅਤੇ ਹੁਣ ਪੁਲਿਸ ਨੇ ਆਪਣੇ ਟਰੈਪ ਲਾ ਕੇ ਇਹਨਾਂ ਨੂੰ ਅਰੈਸਟ ਕੀਤਾ। ਉਹਦੇ ਨਾਲ ਹੁਣ ਚੋਰੀਆਂ 'ਚ ਜਿਹੜੇ ਲਗਾਤਾਰ ਚੱਲ ਰਹੀਆਂ ਸੀ ਵਹੀਕਲ, ਉਹਦੇ ਨਾਲ ਠੱਲ ਪੈ ਗਈ। ਇਹ ਇੱਕ ਦੋ ਅਪ ਡਾਊਨ ਕਰ ਲੈਂਦੇ ਸੀ, ਕੈਥੇ ਰਹਿ ਜਾਂਦਾ ਸੀਗਾ, ਇਸ ਤਰ੍ਹਾਂ ਚੱਲ ਰਿਹਾ ਸੀ। ਫਿਰ ਇਹ ਮਤਲਬ ਹੁਣ ਇਹ ਗਾਹਕ ਲੱਭ ਰਹੇ ਸੀ ਜਿੱਥੇ ਇਹ ਵੇਚਿਆ ਜਾ ਸਕੇ। ਇਹ ਹੈਗਾ ਅਜੇ 1 ਰਵੀ 1 ਰਜੇਸ਼। ਇਹ ਹੁਣ ਅਸੀਂ ਪਤਾ ਕਰ ਰਹੇ ਹਾਂ, ਉੱਥੇ ਕੰਟੈਕਟ ਕੀਤਾ ਜਲੰਧਰ, ਉਹ ਜਿਵੇਂ ਫਿਰ ਇਹਨਾਂ ਦਾ ਰਿਮਾਂਡ ਲਿਆ, ਹਾਲੇ ਹੋਰ ਬਹੁਤ ਕੁਛ ਮੰਨਣਗੇ ਇਹ ਜਿਵੇਂ ਦੱਸ। ਉਹ ਪਤਾ ਕਰ ਰਹੇ ਹਾਂ, ਅਸੀਂ ਰਿਕਾਰਡ ਲੈ ਰਹੇ ਹਾਂ। ਦੇਖੋ ਇਹ ਹੈਗੇ 7 ਐਕਟਿਵਾ ਨੇ ਔਰ 4 ਮੋਟਰਸਾਈਕਲ ਨੇ, 5-6 ਲੱਖ ਰੁਪਏ ਦਾ ਸਮਾਨ ਬਣਦਾ ਟੋਟਲ ਇਹ। ਬਾਕੀ ਹਾਲੇ ਹੋਰ ਰਿਕਵਰੀ ਹੋਣੀ ਹੈ, ਰਿਮਾਂਡ ਲਿਆ ਹੁਣ, ਰਿਮਾਂਡ ਤੋਂ ਬਾਅਦ ਜਿਵੇਂ ਜਿਵੇਂ ਜੋ ਜੋ ਰਿਕਵਰੀ ਹੋਊ ਫਿਰ ਤੁਹਾਨੂੰ ਦੱਸ ਦਿਆਂਗੇ। ਨਹੀਂ, ਇਹ 3 ਜਣਿਆਂ ਦਾ ਹੀ ਗਰੁੱਪ ਸੀਗਾ, 3 ਜਣਿਆਂ ਦਾ ਗਰੁੱਪ ਸੀ, ਆਪਸ 'ਚ ਫਰੈਂਡ ਸੀਗੇ, ਫਰੈਂਡ ਬਣ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਜੱਥੇ ਦੀ ਅਮੀਰ ਹੋਣ ਦੀ, ਉਹਦੇ ਹੁਣ ਇਹ ਗਲਤ ਰਸਤੇ 'ਚ ਪੈ ਗਏ, ਫੜੇ ਗਏ। ਇਹਨਾਂ ਨੇ ਮਾਸਟਰ ਕੀ ਬਣਾਈ ਹੋਈ ਸੀ, ਮਾਸਟਰ ਕੀ ਨਾਲ ਕੋਈ ਅਬੰਡਨ ਜਗ੍ਹਾ ਦੇਖ ਆਪਣੇ ਕੋਈ ਵਹੀਕਲ ਅਬੰਡਨ ਖੜ੍ਹਾ ਹੋਇਆ ਕਿਤੇ ਕੋਈ ਰੱਖ ਕੇ ਚਲਿਆ ਗਿਆ ਔਫਿਸ, ਜਿਵੇਂ ਜ਼ਿਆਦਾ ਚੋਰੀਆਂ ਹੋਈਆਂ ਆਪਣੇ ਜਿਹੜਾ ਕਾਰਪੋਰੇਸ਼ਨ ਦਾ ਔਫਿਸ ਹੈ, ਉਹ ਜਦੋਂ ਇੱਕ ਜਣਾ ਨਿਗਾਹ ਰੱਖ ਲੈਂਦਾ ਸੀਗਾ ਵੀ ਅੰਦਰ ਚੜਿਆ ਗਿਆ, ਬਾਹਰੋਂ ਚੋਰੀ ਕਰਕੇ ਲੈ ਜਾਂਦੇ ਸੀ। ਨਹੀਂ, ਉਹਦੇ ਹਾਲੇ ਇਹ ਤਾਂ ਕੱਲ੍ਹ ਤਾਂ ਸੀ, ਇਹ ਅਰੈਸਟ ਕਰ ਲਏ ਸੀ, ਕੱਲ੍ਹ ਅਰੈਸਟ ਕਰ ਲਏ, ਹੁਣ ਸਾਡੇ ਕੋਲ ਰਿਮਾਂਡ 'ਚ ਨੇ। ਨਹੀਂ, ਕਲਰ ਇਹ ਹੁਣ ਕਸਟਮਰ ਲੱਭ ਰਹੇ ਸੀ ਵੇਚਣ ਵਾਸਤੇ, ਉਹਨਾਂ ਨੂੰ ਪੁੱਛ ਰਹੇ ਸੀਗੇ ਵੀ ਕੀ ਸਮਾਨ ਕਿਸ ਤਰ੍ਹਾਂ ਦਾ ਕਲਰ ਕੀ ਤੁਹਾਨੂੰ, ਇਹਨਾਂ ਨੂੰ ਮਿਲਿਆ ਨਹੀਂ ਹਾਲੇ ਤਾਈਂ ਕੋਈ ਬੰਦਾ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।